ਪਹਾੜਾਂ ਦੇ ਵਿੱਚ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਪੰਜਾਬ ਦੇ ਵਿੱਚ ਸਤਲੁਜ ਅਤੇ ਬਿਆਸ ਦਰਿਆ ਉਫਾਨ ਦੇ ਉੱਤੇ ਹੈ, ਉੱਥੇ ਹੁਣ ਤਮਾਮ ਲੋਕਾਂ ਦੀਆਂ ਨਿਗਾਹਾਂ ਨੰਗਲ ਡੈਮ ਦੇ ਉੱਤੇ ਨੇ। ਭਾਖੜਾ ਡੈਮ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਸਮੇਂ ਪਾਣੀ ਦਾ ਕੀ ਪੱਧਰ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪਾਣੀ ਜੋ ਹੈ ਉਹ ਨੰਗਲ ਡੈਮ ਦੇ ਵਿੱਚ 1623 ਫੁੱਟ ਦੇ ਉੱਤੇ ਪਹੁੰਚ ਚੁੱਕਾ ਹੈ, ਜਦਕਿ ਭਾਖੜਾ ਡੈਮ ਦੇ ਵਿੱਚ ਖਤਰੇ ਦਾ ਨਿਸ਼ਾਨ 1680 ਮੰਨਿਆ ਜਾਂਦਾ। ਯਾਨੀ ਕਿ ਜੇਕਰ 1680 ਫੁੱਟ ਦੇ ਉੱਤੇ ਜੇ ਇਸ ਦੇ ਵਿੱਚ ਪਾਣੀ ਪਹੁੰਚਦਾ ਹੈ ਤਾਂ ਹੋ ਸਕਦਾ ਹੈ ਕਿ ਉਸਦੇ ਫਲੱਡ ਗੇਟ ਜੋ ਨੇ ਉਹ ਖੋਲ੍ਹ ਦਿੱਤੇ ਜਾਣ। ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਨੰਗਲ ਡੈਮ ਦੇ ਵਿੱਚ ਪਾਣੀ ਦੀ ਆਮਦ ਦੀ, ਤਾਂ 43,316 ਕਿਊਸਿਕ ਪਾਣੀ ਪਹਾੜਾਂ ਦੇ ਵਿੱਚੋਂ ਆ ਰਿਹਾ। ਯਾਨੀ ਕਿ ਪਹਾੜਾਂ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਉਸਦੇ ਕਾਰਨ ਭਾਖੜਾ ਡੈਮ ਦੇ ਵਿੱਚ 43,316 ਕਿਊਸਿਕ ਪਾਣੀ ਆ ਰਿਹਾ, ਜਦਕਿ 20,710 ਕਿਊਸਿਕ ਪਾਣੀ ਛੱਡਿਆ ਵੀ ਜਾ ਰਿਹਾ। ਯਾਨੀ ਕਿ ਜੋ ਛੱਡਿਆ ਜਾਂਦਾ ਉਹ ਨੰਗਲ ਹਾਈਡਲ ਨਹਿਰ ਦੇ ਵਿੱਚ ਛੱਡਿਆ ਜਾਂਦਾ, ਆਨੰਦਪੁਰ ਸਾਹਿਬ ਨਹਿਰ ਦੇ ਵਿੱਚ ਛੱਡਿਆ ਜਾਂਦਾ, ਸਤਲੁਜ ਦਰਿਆ ਦੇ ਵਿੱਚ ਇਹ ਪਾਣੀ ਛੱਡਿਆ ਜਾਂਦਾ। ਉੱਥੇ ਜੇਕਰ ਨੰਗਲ ਹਾਈਡਲ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਵਿੱਚ ਇਸ ਸਮੇਂ ਭਾਖੜਾ ਡੈਮ ਤੋਂ 12,500 ਕਿਊਸਿਕ ਪਾਣੀ ਛੱਡਿਆ ਜਾ ਰਿਹਾ, ਆਨੰਦਪੁਰ ਸਾਹਿਬ ਨਹਿਰ ਦੇ ਵਿੱਚ 10,050 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਅਤੇ ਸਤਲੁਜ ਦਰਿਆ ਦੇ ਵਿੱਚ 650 ਕਿਊਸਿਕ ਪਾਣੀ ਛੱਡਿਆ ਜਾ ਰਿਹਾ। ਸਤਲੁਜ ਦਰਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਾੜਾਂ ਤੋਂ ਸਿੱਧਾ ਪਾਣੀ ਵੀ ਸਤਲੁਜ ਦਰਿਆ ਦੇ ਵਿੱਚ ਆਉਂਦਾ, ਜਿਸ ਦੇ ਕਾਰਨ ਹੁਣ ਸਤਲੁਜ ਦਰਿਆ ਜੋ ਹੈ ਲਗਾਤਾਰ ਭਰਦਾ ਨਜ਼ਰ ਆ ਰਿਹਾ। ਹਾਲੇ ਫਿਲਹਾਲ ਜੋ ਸਿਚੁਏਸ਼ਨ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਕੋਈ ਵੀ ਖਤਰਾ ਨਹੀਂ ਹੈ। ਪਰ ਜੇਕਰ ਪਹਾੜਾਂ ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਬੱਦਲ ਫੜਦੇ ਨੇ ਜਾਂ ਫਿਰ ਕਾਫੀ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਹੋ ਸਕਦਾ ਨੰਗਲ ਡੈਮ ਭਰਨ ਦੇ ਨਾਲ, ਭਾਖੜਾ ਡੈਮ ਭਰਨ ਦੇ ਨਾਲ ਹੋ ਸਕਦਾ ਇਸਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਣ। ਤਾਂ ਦੱਸ ਦਈਏ ਕਿ ਇਹ ਕਰੰਟ ਮੌਜੂਦਾ ਸਥਿਤੀ ਕੀ ਹੈ ਭਾਖੜਾ ਡੈਮ ਦੀ, ਉਹ ਤੁਹਾਨੂੰ ਦੱਸੀ ਹੈ, ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਆਖਰ ਭਾਖੜਾ ਡੈਮ ਦੀ ਕੀ ਸਥਿਤੀ ਹੈ, ਤਾਂ ਉਸਨੂੰ ਦੇਖਦੇ ਹੋਏ ਇਹ ਸਾਰੇ ਹੀ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕੀਤੇ ਗਏ ਨੇ, ਜਿਸ ਦੇ ਵਿੱਚ 1680 ਫੁੱਟ, ਯਾਨੀ ਕਿ ਭਾਖੜਾ ਡੈਮ ਦੇ ਵਿੱਚ ਜੇਕਰ 1680 ਫੁੱਟ ਤੋਂ ਉੱਪਰ ਪਾਣੀ ਜਾਂਦਾ ਹੈ ਤਾਂ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੁੰਦਾ ਹੈ, ਤਾਂ ਅਜਿਹੇ ਦੇ ਵਿੱਚ BBMB ਦੇ ਵੱਲੋਂ ਉਸਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਂਦੇ ਨੇ। ਪਰ ਇਸ ਸਮੇਂ ਪਾਣੀ 1623 ਫੁੱਟ 'ਤੇ ਹੈ, ਯਾਨੀ ਕਿ ਖਤਰੇ ਦਾ ਨਿਸ਼ਾਨ ਕਾਫੀ ਉੱਪਰ ਹੈ। ਕੋਈ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਜੋ ਲਗਾਤਾਰ ਅਫਵਾਹਾਂ ਉੱਠ ਰਹੀਆਂ ਸੀ ਉਸ ਨੂੰ ਲਗਾਮ ਲਗਾਉਣ ਦੀ ਇਹ ਖਬਰ ਸਾਹਮਣੇ ਆਈ ਹੈ। ਪਹਾੜਾਂ ਦੇ ਵਿੱਚ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਪੰਜਾਬ ਦੇ ਵਿੱਚ ਸਤਲੁਜ ਅਤੇ ਬਿਆਸ ਦਰਿਆ ਉਫਾਨ ਦੇ ਉੱਤੇ ਹੈ, ਉੱਥੇ ਹੁਣ ਤਮਾਮ ਲੋਕਾਂ ਦੀਆਂ ਨਿਗਾਹਾਂ ਨੰਗਲ ਡੈਮ ਦੇ ਉੱਤੇ ਨੇ। ਭਾਖੜਾ ਡੈਮ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਸਮੇਂ ਪਾਣੀ ਦਾ ਕੀ ਪੱਧਰ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪਾਣੀ ਜੋ ਹੈ ਉਹ ਨੰਗਲ ਡੈਮ ਦੇ ਵਿੱਚ 1623 ਫੁੱਟ ਦੇ ਉੱਤੇ ਪਹੁੰਚ ਚੁੱਕਾ ਹੈ, ਜਦਕਿ ਭਾਖੜਾ ਡੈਮ ਦੇ ਵਿੱਚ ਖਤਰੇ ਦਾ ਨਿਸ਼ਾਨ 1680 ਮੰਨਿਆ ਜਾਂਦਾ। ਯਾਨੀ ਕਿ ਜੇਕਰ 1680 ਫੁੱਟ ਦੇ ਉੱਤੇ ਜੇ ਇਸ ਦੇ ਵਿੱਚ ਪਾਣੀ ਪਹੁੰਚਦਾ ਹੈ ਤਾਂ ਹੋ ਸਕਦਾ ਹੈ ਕਿ ਉਸਦੇ ਫਲੱਡ ਗੇਟ ਜੋ ਨੇ ਉਹ ਖੋਲ੍ਹ ਦਿੱਤੇ ਜਾਣ। ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਨੰਗਲ ਡੈਮ ਦੇ ਵਿੱਚ ਪਾਣੀ ਦੀ ਆਮਦ ਦੀ, ਤਾਂ 43,316 ਕਿਊਸਿਕ ਪਾਣੀ ਪਹਾੜਾਂ ਦੇ ਵਿੱਚੋਂ ਆ ਰਿਹਾ। ਯਾਨੀ ਕਿ ਪਹਾੜਾਂ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਉਸਦੇ ਕਾਰਨ ਭਾਖੜਾ ਡੈਮ ਦੇ ਵਿੱਚ 43,316 ਕਿਊਸਿਕ ਪਾਣੀ ਆ ਰਿਹਾ, ਜਦਕਿ 20,710 ਕਿਊਸਿਕ ਪਾਣੀ ਛੱਡਿਆ ਵੀ ਜਾ ਰਿਹਾ। ਯਾਨੀ ਕਿ ਜੋ ਛੱਡਿਆ ਜਾਂਦਾ ਉਹ ਨੰਗਲ ਹਾਈਡਲ ਨਹਿਰ ਦੇ ਵਿੱਚ ਛੱਡਿਆ ਜਾਂਦਾ, ਆਨੰਦਪੁਰ ਸਾਹਿਬ ਨਹਿਰ ਦੇ ਵਿੱਚ ਛੱਡਿਆ ਜਾਂਦਾ, ਸਤਲੁਜ ਦਰਿਆ ਦੇ ਵਿੱਚ ਇਹ ਪਾਣੀ ਛੱਡਿਆ ਜਾਂਦਾ। ਉੱਥੇ ਜੇਕਰ ਨੰਗਲ ਹਾਈਡਲ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਵਿੱਚ ਇਸ ਸਮੇਂ ਭਾਖੜਾ ਡੈਮ ਤੋਂ 12,500 ਕਿਊਸਿਕ ਪਾਣੀ ਛੱਡਿਆ ਜਾ ਰਿਹਾ, ਆਨੰਦਪੁਰ ਸਾਹਿਬ ਨਹਿਰ ਦੇ ਵਿੱਚ 10,050 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਅਤੇ ਸਤਲੁਜ ਦਰਿਆ ਦੇ ਵਿੱਚ 650 ਕਿਊਸਿਕ ਪਾਣੀ
ਛੱਡਿਆ ਜਾ ਰਿਹਾ। ਸਤਲੁਜ ਦਰਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਾੜਾਂ ਤੋਂ ਸਿੱਧਾ ਪਾਣੀ ਵੀ ਸਤਲੁਜ ਦਰਿਆ ਦੇ ਵਿੱਚ ਆਉਂਦਾ ਹੈ, ਜਿਸ ਦੇ ਕਾਰਨ ਹੁਣ ਸਤਲੁਜ ਦਰਿਆ ਜੋ ਹੈ ਲਗਾਤਾਰ ਭਰਦਾ ਨਜ਼ਰ ਆ ਰਿਹਾ ਹੈ। ਹਾਲੇ ਫਿਲਹਾਲ ਜੋ ਸਿਚੁਏਸ਼ਨ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਕੋਈ ਵੀ ਖਤਰਾ ਨਹੀਂ ਹੈ। ਪਰ ਜੇਕਰ ਪਹਾੜਾਂ ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਬੱਦਲ ਫੜਦੇ ਨੇ ਜਾਂ ਫਿਰ ਕਾਫੀ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਹੋ ਸਕਦਾ ਨੰਗਲ ਡੈਮ ਭਰਨ ਦੇ ਨਾਲ, ਭਾਖੜਾ ਡੈਮ ਭਰਨ ਦੇ ਨਾਲ ਹੋ ਸਕਦਾ ਇਸਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਣ। ਤਾਂ ਦੱਸ ਦਈਏ ਕਿ ਇਹ ਕਰੰਟ ਮੌਜੂਦਾ ਸਥਿਤੀ ਕੀ ਹੈ ਭਾਖੜਾ ਡੈਮ ਦੀ, ਉਹ ਤੁਹਾਨੂੰ ਦੱਸੀ ਹੈ, ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਆਖਰ ਭਾਖੜਾ ਡੈਮ ਦੀ ਕੀ ਸਥਿਤੀ ਹੈ, ਤਾਂ ਉਸਨੂੰ ਦੇਖਦੇ ਹੋਏ ਇਹ ਸਾਰੇ ਹੀ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕੀਤੇ ਗਏ ਨੇ, ਜਿਸ ਦੇ ਵਿੱਚ 1680 ਫੁੱਟ ਯਾਨੀ ਕਿ ਭਾਖੜਾ ਡੈਮ ਦੇ ਵਿੱਚ ਜੇਕਰ 1680 ਫੁੱਟ ਤੋਂ ਉੱਪਰ ਪਾਣੀ ਜਾਂਦਾ ਹੈ ਤਾਂ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੁੰਦਾ ਹੈ, ਤਾਂ ਅਜਿਹੇ ਦੇ ਵਿੱਚ BBMB ਦੇ ਵੱਲੋਂ ਉਸਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਂਦੇ ਨੇ। ਪਰ ਇਸ ਸਮੇਂ ਪਾਣੀ 1623 ਫੁੱਟ 'ਤੇ ਹੈ, ਯਾਨੀ ਕਿ ਖਤਰੇ ਦਾ ਨਿਸ਼ਾਨ ਕਾਫੀ ਉੱਪਰ ਹੈ। ਕੋਈ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਜੋ ਲਗਾਤਾਰ ਅਫਵਾਹਾਂ ਉੱਠ ਰਹੀਆਂ ਸੀ ਉਸਨੂੰ ਲਗਾਮ ਲਗਾਉਣ ਦੀ ਇਹ ਖਬਰ ਸਾਹਮਣੇ ਆਈ ਹੈ।